ਮੀਨਾਕਸ਼ੀ ਸੰਦੀਪ ਡੈਰੀ ਫਾਰਮ 'ਤੇ ਤੁਹਾਡਾ ਸਵਾਗਤ ਹੈ ਜੀ। ਔਰ ਮੇਰੇ ਸਭ ਭਰਾ ਵਧੀਆ, ਔਰ ਸਾਰਿਆਂ ਨੂੰ ਰਾਮ ਰਾਮ ਹੈ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੇ ਨਵੇਂ ਵੀਰ ਮੇਰੀ ਵੀਡੀਓ ਦੇਖ ਰਹੇ ਆ, ਉਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਨਾਲ ਘੰਟੀ ਵਾਲਾ ਬਟਨ ਦਵਾ ਦਿਓ, ਤਾਂ ਜੋ ਤੁਹਾਡੇ ਤਾਂ ਹਰ ਵੀਡੀਓ ਬਣਦੇ ਤਾਂ ਪਹਿਲੇ ਟਾਈਮ ਤੁਹਾਡੇ ਕੋਲ ਪਹੁੰਚ ਸਕੇ। ਲਓ ਜੀ, ਤੁਸੀਂ ਦੇਖ ਲਓ, ਸਾਡੀ ਨਵੀਂ ਚੀਜ਼ ਤੁਹਾਨੂੰ ਦਿਖਾਉਣੀ ਸੀ, ਖੁੱਲ ਲਈ ਅਸੀਂ ਨਵੀਂ ਬਣਾਈ ਆ ਗੱਬੇ। ਇਹਦੇ ਵਿੱਚ ਪੰਜ ਕੜੇ ਇੱਧਰ ਲਗਾਏ ਆ, ਮੈਂ ਕਾਹ ਖੁੱਲ ਲਈ ਇਹ ਕਿੱਧਰ ਬਣ ਗਈ ਆ, ਪੰਜ ਕੜੇ ਇਹਦੇ ਇਸ ਸਾਈਡ ਲਗਾਏ ਆ। ਜੋ ਜਦੋਂ ਦੀ ਮੱਝ ਆਈ ਹੋਈ ਸੀ, ਆਹ ਕੱਟੀ ਅਤੇ ਆਹ ਵੱਛੀ ਨੂੰ ਖੁਰਾਕ ਪੂਰੀ ਨਹੀਂ ਸੀ ਮਿਲਦੀ, ਮੇਰੇ ਹਿਸਾਬ ਨਾਲ ਇਹਦੀ ਸਿਹਤ ਡਾਊਨ ਹੋਈ ਸੀ। ਇਸ ਲਈ ਖੁੱਲ੍ਹੀ ਵਿੱਚ ਪੱਠੇ ਹੋਣ ਜਦੋਂ ਮਰਜ਼ੀ ਖਾ ਸਕਦੇ ਆ, ਉਹ ਸਾਡੀ ਮੱਝ ਆ। ਦੇਖੋ ਨਾਲੇ ਇੱਧਰੋਂ ਜਦੋਂ ਪਾਣੀ ਮੀਂਹ ਪੈਂਦਾ ਹੈਗਾ, ਪਾਣੀ ਪੈ ਜਾਂਦਾ ਹੁੰਦਾ ਹੈਗਾ ਪੱਠਿਆਂ ਦੇ ਵਿੱਚ, ਵਿਚਕਾਰ ਆ ਗਈ ਆ। ਹੁਣ ਇੱਥੇ ਸਾਰੇ ਪਸ਼ੂ ਬੰਨ ਦੇਵਾਂਗੇ, ਸਾਰੇ ਪਸ਼ੂ ਬੰਨ ਦਿੱਤੇ ਜਾਣਗੇ, ਅਤੇ ਉੱਧਰ ਪੱਠੇ ਉਸ ਖੁੱਲ੍ਹੀ ਵਿੱਚ ਮਿਕਸ ਕਰਕੇ ਇਹਨਾਂ ਨੂੰ ਚੱਕ ਕੇ ਇੱਥੇ ਪਾ ਦਿੱਤੇ ਜਾਇਆ ਕਰਾਂਗੇ। ਹੋਰ ਮੇਰੇ ਸਭ ਭਰਾ ਵਧੀਆ, ਖਿਆਲ ਰੱਖੋ ਆਪਣਾ, ਹੈ ਓਕੇ ਬਾਏ।